ਇਹਨੂੰ ਦੌਰਾ ਪੈਂਦਾ ਸੀ ਮੁੰਡੇ ਨੂੰ ਇਹਨੂੰ ਤੇ ਹੁਣ ਤੇ ਉੱਥੇ ਹੀ ਆਏ ਅੱਗੇ ਨਾਲੋਂ ਫਰਕ ਹੈ ਬਹੁਤ ਜ਼ਿਆਦਾ ਸਾਡੀ ਰਿਸ਼ਤੇਦਾਰੀ 'ਚ ਮੁੰਡੇ ਨੂੰ ਦੌਰਾ ਪੈਦਾ ਸੀ ਖੁੱਲ੍ਹਦਾ ਨਹੀਂ ਸੀ ਕਿੰਨਾ ਕਿੰਨਾ ਚਿਰ ਬਾਕੀ ਸਿਰੇ ਜਦੋਂ ਦੂਜੀ ਵਾਰ ਆਏ ਦਵਾਈ ਦਿੱਤੀ ਚਿਹਰੇ 'ਤੇ ਰੌਣਕ ਹੀ ਹੋਰ ਹੋ ਗਈ ਹੁਣ ਬਹੁਤ ਜ਼ਿਆਦਾ ਫਰਕ ਆ ਜੀ ਪਹਿਲਾਂ ਰੋਜ਼ ਗੋਲੀ ਦਿੰਦੇ ਸੀ ਗੋਲੀ ਹੁਣ ਹੌਲੀ ਹੌਲੀ ਘਟਾ ਕੇ ਜਮਾਂ ਹੀ ਘਟਾ ਤੀ ਦਵਾਈ ਦਿੰਦੇ ਨਹੀਂ ਹੁਣ ਦਵਾਈ ਜਿਹੜੀ ਮਿਰਗੀ ਦੇ ਦੌਰੇ ਦਵਾਈ ਹੈ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ ਕਿਸੇ ਪ੍ਰਕਾਰ ਦਾ ਪੈਸਾ ਨਹੀਂ ਲਿਆ ਜਾਂਦਾ ਹਾਂਜੀ ਇਹ ਜਦੋਂ ਤੋਂ ਯਾਨੀ ਕਿ 23-24 ਸਾਲ ਤੋਂ ਦਵਾਈ ਫ੍ਰੀ ਆ ਜਮਾਂ ਇਹ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਦਿੱਤੀ ਸੋਮਵਾਰ ਨੂੰ ਜਾਂਦੀ ਆ ਬੰਦਾ ਕੋਈ ਕਿਸੇ ਪ੍ਰਕਾਰ ਦਾ ਨਸ਼ਾ ਨਾ ਕਰਦਾ ਹੋਵੇ ਸਾਡੇ ਕੋਲ ਇਦਾਂ ਦੇ ਵੀ ਤੁਸੀਂ ਪੇਸ਼ੈਂਟ ਹੋ ਇਹਨਾਂ ਦੇ 1000 mg 1200 mg ਗੋਲੀਆਂ ਖਾਂਦੇ ਆ ਯਾਨੀ ਕਿ ਨੋਰਮਲ ਬੰਦੇ ਯਾਨੀ ਕਿ ਉਹ ਠੀਕ ਹੋ ਗਿਆ ਇਸ ਟਾਈਮ ਪਰ ਸਾਡੀ ਦਵਾਈ ਜਿਹੜੀ ਹੈਗੀ ਆ ਉਹ ਆਪਦੀ ਚੀਜ਼ ਦੀ ਵਡਿਆਈ ਤਾਂ ਹਰੇਕ ਕਰਦਾ ਹੁੰਦਾ ਪਰ ਤੁਸੀਂ ਜੋ ਸੰਗਤ ਆਉਂਦੀ ਆ ਜਾਂ ਜਿਹੜੇ ਸੰਗਤ ਲੈ ਕੇ ਜਾਂਦੀ ਆ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਦੌਰਾ ਹੀ ਬੰਦਾ ਸੀ ਬੱਚੇ ਨੇ ਹਾਂਜੀ ਹੁਣ ਠੀਕ ਹੈ ਬਿਲਕੁਲ ਇਹ ਬੱਚਾ ਸੀ ਮਾਤਾ ਜੀ ਕਹਿੰਦੇ ਤੁਸੀਂ ਦੇਖ ਸਕਦੇ ਹੋ ਕਹਿੰਦੇ ਇਹਨੂੰ ਮੰਨ ਲਓ 2-4 ਦਿਨਾਂ ਬਾਅਦ ਦੌਰਾ ਪੈ ਜਾਂਦਾ ਸੀ ਪਰ ਜਦੋਂ ਦੇ ਅਸੀਂ ਇੱਥੇ ਆਏ ਹਾਂ ਬਿਲਕੁਲ ਠੀਕ ਹਨ ਚੋ ਮੈਨੂੰ 4 ਸਾਲ ਤੋਂ ਦੌਰੇ ਦੀ ਪ੍ਰੋਬਲਮ ਸੀਗੀ ਜੀ ਬਹੁਤ ਦਵਾਈਆਂ ਖਾਧੀਆਂ ਐਕਸਰੇ ਵੀ ਕਰਾਇਆ ਪਰ ਉਹਨਾਂ 'ਚ ਕੁਛ ਨਹੀਂ ਆਇਆ ਪਰ ਜਦੋਂ ਤੋਂ ਮੈਂ ਇੱਥੇ ਦਵਾਈ ਖਾਧੀ ਹੈ ਬਾਬਾ ਜੀ ਨੇ 3 ਸੋਮਵਾਰ ਕਿਹਾ ਸੀ ਪਰ ਮੈਂ 2 ਆਪਦੇ ਖੁਸ਼ੀ ਬਲਵਾ ਗਏ ਅੱਜ ਤੁਹਾਨੂੰ ਇੱਕ ਅਜਿਹੀ ਜਗ੍ਹਾ ਤੇ ਅਸੀਂ ਲੈ ਕੇ ਪਹੁੰਚੇ ਹਾਂ ਜਿੱਥੇ ਮਿਰਗੀ ਦੇ ਦੌਰੇ ਵਾਸਤੇ ਬਿਲਕੁਲ ਫ੍ਰੀ ਦਵਾਈ ਦਿੱਤੀ ਜਾਂਦੀ ਹੈ ਤੇ ਹਜ਼ਾਰਾਂ ਲੋਕ ਇੱਥੋਂ ਠੀਕ ਹੋ ਕੇ ਵੀ ਜਾ ਰਹੇ ਆ ਕਿੱਥੋਂ ਕਿੱਥੋਂ ਲੋਕ ਆਉਂਦੇ ਆ ਦਵਾਈ ਲੈਣ ਦੇ ਲਈ ਇਹ ਬਾਈ ਜੀ ਕਰਨਾਲ ਤੇ ਅੰਬਾਲਾ ਯੂਪੀ ਸਾਈਡ ਜੇ ਜੀ ਤੇ ਕੁਰਸ਼ੇਤਰ ਤੇ ਸਾਈਡ ਤੋਂ ਵੀ ਆਉਂਦੇ ਅੱਗੇ ਤੇ ਮਹਾਰਾਸ਼ਟਰ 'ਚ ਵੀ ਲੋਕ ਬਹੁਤ ਆਉਂਦੇ ਤੇ ਬਾਕੀ ਪਠਾਨਕੋਟ ਤਾਂ ਨਾਰਮਲੀ ਆਪਣੇ ਪੰਜਾਬ ਦੇ ਤਾਂ ਬਹੁਤ ਜ਼ਿਆਦਾ ਹੋ ਜਾਂਦੇ ਜੀ ਮੇਰਾ ਨਾਮ ਜਗਸੀਰ ਸਿੰਘ ਹੈ ਪਿੰਡ ਮਰਾੜ ਕਲਾਂ ਤੋਂ ਜ਼ਿਲ੍ਹਾ ਮੁਕਤਸਰ ਤੇ ਬਾਈ ਕੀ ਸਮੱਸਿਆ ਸੀਗੀ ਤੁਸੀਂ ਇੱਥੇ ਪਹੁੰਚੇ ਹੋ ਮੈਨੂੰ 4 ਸਾਲ ਤੋਂ ਦੌਰੇ ਦੀ ਪ੍ਰੋਬਲਮ ਸੀਗੀ ਜੀ ਬਹੁਤ ਦਵਾਈਆਂ ਖਾਧੀਆਂ ਐਕਸਰੇ ਵੀ ਕਰਾਇਆ ਪਰ ਉਹਨਾਂ 'ਚ ਕੁਛ ਨਹੀਂ ਆਇਆ ਪਰ ਜਦੋਂ ਤੋਂ ਮੈਂ ਇੱਥੇ ਦਵਾਈ ਖਾਧੀ ਹੈ ਬਾਬਾ ਜੀ ਨੇ 3 ਸੋਮਵਾਰ ਕਿਹਾ ਸੀ ਪਰ ਮੈਂ 2 ਆਪਦੇ ਖੁਸ਼ੀ ਬਲਵਾ ਗਏ ਤੇ ਹੁਣ ਬਿਲਕੁਲ ਠੀਕ ਹੋ ਤੁਸੀਂ ਕੋਈ ਸਮੱਸਿਆ ਤਾਂ ਨਹੀਂ ਆਈ ਉਸ ਤੋਂ ਬਾਅਦ ਨਹੀਂ ਜੀ ਬਾਈ ਨਾਲ ਕਹਿੰਦਾ ਜੀ ਵੀ ਜਿਹੜੀ ਦਵਾਈ ਖਾਂਦੇ ਸੀ ਉਹ ਵੱਧੀ ਕਰਦੇ ਜੀ ਬਸ ਅੱਜ ਤੋਂ ਬਾਅਦ ਉਹ ਬੰਦ ਕੀਤੀ ਜੀ ਉਹ ਦਵਾਈਆਂ ਕਰਕੇ ਵੀ ਅੱਗੇ ਮੈਨੂੰ ਕਾਫੀ ਨੁਕਸਾਨ ਹੋਇਆ ਜੀ ਇਹਨੂੰ ਦੌਰਾ ਪੈਂਦਾ ਸੀ ਮੁੰਡੇ ਨੂੰ ਇਹਨੂੰ ਤੇ ਹੁਣ ਤਾਂ ਉੱਥੇ ਹਰੀ ਆਏ ਹਾਂ ਅੱਗੇ ਨਾਲੋਂ ਫਰਕ ਹੈ ਬਹੁਤ ਜ਼ਿਆਦਾ ਕਿੰਨਾ ਕੁ ਠੀਕ ਅੱਗੇ ਤਾਂ ਦਿਹਾੜੀ 'ਚ ਮੰਨ ਲਓ 5-4 ਵਾਰੀ ਪੈ ਜਾਂਦਾ ਸੀਗਾ ਜੀ ਹੁਣ 1 ਵਾਰੀ ਮੰਨ ਲਓ ਕੋਈ ਹਫ਼ਤੇ 'ਚ 1 ਵਾਰੀ ਪੈਂਦਾ ਦੌਰਾ ਹੁਣ ਦਿਹਾੜੀ ਦੇ 1 ਦਿਨ ਦੇ ਵਿੱਚ 3-3, 4-4 ਵਾਰ ਦੌਰੇ ਪੈ ਜਾਂਦੇ ਸੀ ਲਗਾਤਾਰ ਅੱਗੇ ਲਗਾਤਾਰ ਹੀ ਪੈਂਦਾ ਹੁਣ ਸੈੱਟ ਆ ਜਿੱਦਾਂ ਅਸੀਂ ਆਏ ਹਾਂ ਹੁਣ ਚੌਥੀ ਵਾਰੀ ਆਏ ਹਾਂ ਅਸੀਂ ਇੱਥੇ ਅਤੇ ਹੁਣ ਥੋੜ੍ਹਾ ਹੋਰ ਸੈੱਟ ਸੀ ਕਿੱਥੋਂ ਆਏ ਹੋ ਜੀ ਕੀ ਨਾਮ ਹੈਗਾ ਅਸੀਂ ਸਾਡਾ ਨਾਮ ਹੈਗਾ ਜੀ ਮਹਿੰਦਰ ਸਿੰਘ ਪਿੰਡ ਕੈਲੇ ਬਾਂਦਰਾ ਬਾਕੀ ਸਿਰੇ ਅਸੀਂ ਸਰਦੂਲਗੜ੍ਹ ਤਾਂ ਹੀ ਪਹੁੰਚਾਉਂਦੇ ਹਾਂ ਦਵਾਈ ਇਹ ਸਾਡੀ ਰਿਸ਼ਤੇਦਾਰੀ 'ਚ ਮੁੰਡੇ ਨੂੰ ਦੌਰਾ ਪੈਦਾ ਅਸੀਂ ਖੁੱਲ੍ਹਦਾ ਨਹੀਂ ਸੀ ਕਿੰਨਾ ਕਿੰਨਾ ਚਿਰ ਬਾਕੀ ਸਿਰੇ ਜਦੋਂ ਦੂਜੀ ਵਾਰ ਆਏ ਦਵਾਈ ਦਿੱਤੀ ਚਿਹਰੇ 'ਤੇ ਰੌਣਕ ਹੀ ਹੋਰ ਹੋ ਗਈ ਖੁਸ਼ੀ ਹੋ ਗਈ ਯਾਨੀ ਕਿ ਪਹਿਲਾਂ ਉਦਾਸੀ 'ਚ ਰਹਿੰਦੇ ਸੀ ਠੀਕ ਹੈ ਜੀ ਹੁਣ ਬਹੁਤ ਜ਼ਿਆਦਾ ਫਰਕ ਆ ਜੀ ਪਹਿਲਾਂ ਰੋਜ਼ ਗੋਲੀ ਦਿੰਦੇ ਸੀ ਗੋਲੀ ਹੁਣ ਹੌਲੀ ਹੌਲੀ ਘਟਾ ਕੇ ਜਮਾਂ ਹੀ ਘਟਾ ਤੀ ਦਵਾਈ ਦਿੰਦੇ ਨਹੀਂ ਹੁਣ ਦਵਾਈ ਉਹ ਬੋਲਦਾ ਕਿ ਮੈਨੂੰ ਦਵਾਈ ਹੋਰ ਚਾਹੀਦੀ ਆ ਵੀ ਚਿਹਰੇ 'ਤੇ ਰੌਣਕ ਆ ਬਾਕੀ ਉਦਾਸੀ 'ਚ ਰਹਿੰਦਾ ਸੀ ਉਹਦਾ ਮਨ ਹਰ ਵਕਤ ਨਹੀਂ ਪਿਆ ਜੀ ਹੁਣ ਚੌਥੀ ਵਾਰ ਆਏ ਹਾਂ ਅਸੀਂ ਯਾਨੀ ਕਿ 2 ਵਾਰ ਵੱਧ ਹੀ ਖਵਾਵਾਂਗੇ ਦਵਾਈ ਵੀ ਡਾਕਟਰਾਂ ਨੂੰ ਯਾਨੀ ਕਿ ਪੂਰਾ ਹੀ ਫਾਇਦਾ ਕੋਈ ਡਾਕਟਰ ਨਹੀਂ ਛੱਡਿਆ ਸੀਗਾ ਸਰਦੂਲਗੜ੍ਹ ਦੇ ਵਿੱਚ ਮਰੀਜ਼ ਆ ਉਹ ਜਿਨ੍ਹਾਂ ਵਾਸਤੇ ਲੈ ਕੇ ਜਾਂਦੇ ਆ ਬਾਕੀ ਸਿਰੇ ਉਹ ਆਪ ਇਕੱਲੇ ਆ ਕੇ ਗਏ ਆ ਪਹਿਲਾਂ ਉਹ ਨਾਲ ਬੰਦੇ ਨੂੰ ਰੱਖਦੇ ਸੀ ਵੀ ਨਾਲ ਹੋਵੇ ਵੀ ਸਾਨੂੰ ਕੋਈ ਕਈ ਵਾਰੀ ਸਕਾਰ ਕਰ ਸਕਦਾ ਦੌਰਾ ਹੁਣ ਕੋਈ ਚਾਂਸ ਨਹੀਂ ਬਣਿਆ